ਸਲਾਮ ਅਲੈਕੁਮ ਦੋਸਤੋ, ਕੀ ਹਾਲ ਹੈ ਦੋਸਤੋ? ਡਿਊਟੀ ਤੋਂ ਆ ਗਏ 2 ਵਜੇ ਘਰ, ਅਤੇ ਹੁਣ ਮੈਂ ਚੱਲਿਆ ਫਰਹਾਨ ਉਹਨਾਂ ਦੇ ਵਾਲ ਕਟਾਈਏ। ਮੈਂ ਕਿਹਾ ਚਲੋ ਨਾਲੇ ਤੁਹਾਡੇ ਨਾਲ ਗੱਪਸ਼ੱਪ ਲਾ ਲੈਂਦੇ। ਆ ਫਰਹਾਨ ਬੈਠਾ, ਅਸੀਂ ਚੱਲੇ ਵਾਲ ਕਟਾਉਣ। ਜਲਦੀ ਆ ਯਾਰ, ਚੱਲੀਏ ਵਾਲ ਕਟਾਉਣ। ਅਤੇ ਬਾਹਰ ਮਹੀਉਦੀਨ ਬਾਹਰ ਹੋਣਾ, ਉਹਨੂੰ ਵੀ ਨਾਲ ਲੈਂਦੇ, ਵਾਲ ਵੂਲ ਕਟਾਈਏ ਇਹਨਾਂ ਦੇ। ਵਾਲ ਬੜੇ ਵੱਡੇ ਹੋਏ, ਟੀਚਰ ਵੀ ਮਾਰਦੇ ਸਕੂਲ ਵਾਲੇ। ਅਤੇ ਇਹ ਮਾਨ ਫਾਤਮਾ, ਇਹਦੇ ਵਾਲ ਤਾਂ ਕਟਾਉਣੇ ਕੋਈ ਨਹੀਂ ਨਾ। ਮਾਨ ਫਾਤਮਾ ਦੇ ਵਾਲ ਚੈੱਕ ਕਰ ਲਓ, ਕਿਤਨੇ ਕਿਤਨੇ ਵਾਲ ਨੇ। ਇਸਕੇ ਨਹੀਂ ਨਾ ਕਟਾਨੇ ਵਾਲ, ਨਹੀਂ ਕਟਾਨੇ ਵਾਲ, ਕਟਾਨੇ ਆਪਣੇ। ਬਾਹਰ ਆਏ, ਬਾਹਰ ਗਲੀ ਦੇ ਵਿੱਚ ਦੇ ਬੱਚੇ ਕਿਵੇਂ ਐਸ ਕਰੀਮ ਵਾਲੇ ਰਕਸ਼ੇ ਦੇ ਮਗਰ ਲੱਗ ਕੇ ਕਿਵੇਂ ਐਸ ਕਰੀਮ ਕਰਨ ਡੇ। ਵਾਲ ਕਟਾਉਣ ਚੱਲੇ ਵਾਲਾਂ ਦੇ, ਬਾਹਰ ਦੇ ਐਸ ਕਰੀਮ ਹੀ ਹੋਣ ਡੇ ਹਰ ਪਾਸੇ। ਐਸ ਕਰੀਮ ਵੇਖੋ ਕਿਵੇਂ ਵਾਲ ਐਸ ਕਰੀਮ ਦੇ ਦੁਆਲੇ ਹੋਏ। ਸਾਈਡਾਂ 'ਤੇ ਭਾਵੇਂ ਫੁੱਲ ਬਰੀਕ ਲਾ ਕੇ ਕੱਟੇ ਜਾਣੇ ਆਵੇ ਆ ਜਾਂਦਾ ਹੁਣ ਰੋ ਰੋ ਕੇ ਵਾਲ ਕਟਾ। ਅੱਖਾਂ ਬੰਦ ਰੱਖੀ ਵਾਲ ਕਟਾਉਣ ਡਿਆ, ਅਤੇ ਡਾਕੇ ਰੱਖ ਸੇਰ ਆਪਣਾ।